ਮਨੂ ਭਾਕਰ ਨੇ ਪੈਰਿਸ ਓਲੰਪਿਕ ਚੋ ਇਤਿਹਾਸ ਰਚ ਦਿੱਤਾ ਹੈ। ਉਹਨਾਂ ਦੇ ਪਿਸਤੌਲ ਵਿੱਚੋਂ ਚੱਲੀ ਗੋਲੀ ਨੇ ਭਾਰਤ ਨੂੰ ਇੱਕ ਹੋਰ ਤਗਮਾ ਦਿਵਾਉਣ ਵਿੱਚ ਮਦਦ ਕੀਤੀ ਹੈ। ਇਸ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ 2 ਹੋ ਗਈ ਹੈ। ਮਨੂ ਭਾਕਰ ਇੱਕ ਓਲੰਪਿਕ ਵਿੱਚ 2 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਅਥਲੀਟ ਵੀ ਬਣ ਗਈ ਹੈ। ਮਨੂ ਭਾਕਰ ਨੇ ਆਪਣੇ ਸਾਥੀ ਸਰਬਜੋਤ ਸਿੰਘ ਨਾਲ ਮਿਲ ਕੇ ਭਾਰਤ ਲਈ ਦੂਜਾ ਤਗਮਾ ਜਿੱਤਿਆ। 10 ਮੀਟਰ ਏਅਰ ਪਿਸਟਲ ਮਿਕਸ ਟੀਮ ਇਵੈਂਟ ਦੇ ਬ੍ਰੋਂਜ ਮੈਡਲ ਮੁਕਾਬਲੇ ਵਿੱਚ ਮਨੂ ਅਤੇ ਸਰਬਜੋਤ ਨੇ ਕੋਰੀਆਈ ਜੋੜੀ ਨੂੰ 16-10 ਨਾਲ ਹਰਾਇਆ। ਦੱਸ ਦੇ ਕਿ ਇਸ ਤੋਂ ਪਹਿਲਾਂ ਮਨੂ ਭਾਕਰ ਨੇ 2 ਜੁਲਾਈ ਨੂੰ ਪੈਰਿਸ ਓਲੰਪਿਕ ਚ 10 ਮੀਟਰ ਏਅਰ ਪਿਸਟਲ ਦੇ ਸਿੰਗਲਸ ਮੁਕਾਬਲੇ ਚ ਵੀ ਕਾਂਸੀ ਦੇ ਤਗਮੇ ਤੇ ਨਿਸ਼ਾਨਾ ਸਾਧਿਆ ਸੀ। ਪੈਰਿਸ ਵਿੱਚ ਆਪਣਾ ਪਹਿਲਾ ਕਾਂਸੀ ਦਾ ਤਗਮਾ ਜਿੱਤਣ ਦੇ ਨਾਲ ਮਨੂ ਨੇ ਤਗਮਾ ਸੂਚੀ ਵਿੱਚ ਭਾਰਤ ਦਾ ਖਾਤਾ ਖੋਲਿਆ ਸੀ ਅਤੇ ਹੁਣ ਪੈਰਿਸ ਵਿੱਚ ਆਪਣੀ ਪਹਿਲੀ ਸਫਲਤਾ ਦੇ 48 ਘੰਟਿਆਂ ਬਾਅਦ ਮਨੂ ਭਾਕਰ ਨੇ ਇੱਕ ਹੋਰ ਬ੍ਰੋਂਜ਼ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ 29 ਜੁਲਾਈ ਨੂੰ 10 ਮੀਟਰ ਏਅਰ ਪਿਸਟਲ ਮਿਕਸ ਟੀਮ ਮੁਕਾਬਲੇ ਦੇ ਕਾਂਸੀ ਦੇ ਤਗਮੇ ਲਈ ਕੁਆਲੀਫਾਈ ਕੀਤਾ ਸੀ। ਦੋਵਾਂ ਨੇ ਕੁਆਲੀਫਾਈਕੇਸ਼ਨ ਰਾਊਂਡ 'ਚ ਵੀ ਪਰਫੈਕਟ ਸ਼ਾਟ ਲਗਾਏ ਸਨ ਅਤੇ ਇਸ ਦੇ ਜ਼ਰੀਏ ਉਹਨਾਂ ਨੇ 580 ਅੰਕ ਹਾਸਲ ਕੀਤੇ। ਦੱਸਦੇ ਕਿ ਮਨੂ ਭਾਕਰ ਪੈਰਿਸ ਵਿੱਚ ਆਪਣਾ ਦੂਜਾ ਓਲੰਪਿਕ ਖੇਡ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਉਹਨਾਂ ਨੇ ਟੋਕਿਓ 'ਚ ਓਲੰਪਿਕ ਡੈਬਿਊ ਕੀਤਾ ਸੀ ਤਾਂ ਉਹਨਾਂ ਨੂੰ ਉੱਥੇ ਖਾਲੀ ਹੱਥ ਪਰਤਣਾ ਪਿਆ ਸੀ। ਟੋਕਿਓ 'ਚ ਮਨੂ ਭਾਕਰ ਦੀ ਇਸ ਅਸਫਲਤਾ ਕਾਰਨ ਉਹਨਾਂ ਦੀ ਖਰਾਬ ਖੇਡ ਨਹੀਂ ਸਗੋਂ ਪਿਸਟਲ 'ਚ ਆਈ ਤਕਨੀਕੀ ਖਰਾਬੀ ਸੀ। ਟੋਕਿਓ 'ਚ ਅਸਫਲਤਾ ਤੋਂ ਬਾਅਦ ਮਨੂ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਚੰਗੀ ਗੱਲ ਇਹ ਹੈ ਕਿ ਮਨੂ ਭਾਕਰ ਪੈਰਿਸ ਤੋਂ ਖਾਲੀ ਹੱਥ ਨਹੀਂ ਪਰਤੀ। ਉਹਨਾਂ ਨੇ ਪੈਰਿਸ ਓਲੰਪਿਕ 'ਚ ਆਪਣੇ ਨਾਂ ਨਾਲ ਭਾਰਤ ਲਈ ਵੀ ਤਗਮੇ ਦਾ ਖਾਤਾ ਖੋਲਿਆ। ਹੋਰ ਅਪਡੇਟ ਲਈ ਦੇਖਦੇ ਰਹੋ JFD TV।